ਵੇਖੋ ਕਿ ਮੈਂ ਪੁਲਿਸ ਦਾ ਨਾਂ ਲੈ ਕੇ ਘਰ ਵਿੱਚ ਵੜ ਕੇ ਤਲਾਸ਼ੀ ਦੇ ਬਹਾਨੇ ਨਾਲ ਕਰਕੇ ਘਰ 'ਚ ਹੱਥ ਸਫਾਇਆ। ਦਰਅਸਲ ਤਾਂ ਦੱਸਦੀਏ ਕਿ ਮਾਮਲਾ ਸਾਹਮਣੇ ਹੈ ਜਿੱਥੇ ਕਿ ਘਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਹਿਣਾ ਹੈ ਕਿ ਜਦ ਉਹ ਸੁੱਤੇ ਸੀ ਤਾਂ ਉਹਨਾਂ ਨੂੰ ਘਰ ਵਿੱਚ ਆਉਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਸਦਰ ਥਾਣੇ ਤੋਂ ਆਏ ਹਾਂ ਤੇ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੰਨਾ ਕੁ ਕਹਿ ਕੇ ਉਹ ਨੌਜਵਾਨ ਘਰ ਦੇ ਵਿੱਚ ਦਾਖਲ ਹੁੰਦੇ ਹਨ ਤੇ ਲੱਖਾਂ ਰੁਪਏ ਦੀ ਨਗਦੀ ਤੇ ਗਹਿਣਾ ਲੈ ਕੇ ਫਰਾਰ ਹੋ ਜਾਂਦੇ ਹਨ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਮੁਸਤਬਾਦ ਦੇ ਏਰੀਏ ਦੇ ਵਿੱਚ ਕੁਝ ਨੌਜਵਾਨਾਂ ਨੇ ਪੁਲਿਸ ਦੇ ਨਾਂ ਤੇ ਠੱਗੀ ਮਾਰੀ ਹੈ। ਉੱਥੇ ਦੱਸਦੀਏ ਕਿ ਇਹਨਾਂ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਬਣ ਕੇ ਘਰ ਦੇ ਵਿੱਚ ਚੋਰੀ ਕੀਤੀ ਹੈ ਤੇ ਫਿਲਹਾਲ ਇਸ ਮਾਮਲੇ ਦੇ ਵਿੱਚ ਅਜੇ ਪੁਲਿਸ ਦੇ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਹੁਣ ਇਹ ਕਹਿ ਸਕਦੇ ਹਾਂ ਕਿ ਪੁਲਿਸ ਦਾ ਨਾਂ ਲੈ ਕੇ ਵੀ ਜਿਹੜਾ ਹੱਥ ਸਫਾਇਆ ਕਰਦੇ ਚੋਰ ਨਜ਼ਰ ਆ ਰਹੇ ਹਨ। ਜਰਾ ਚਲਕ ਮਾਰੋ ਕਿ ਹੋਰ ਕੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ। ਗੱਲ ਤੁਹਾਨੂੰ ਕੀ ਦੱਸਣੀ ਵੀ ਇਹੋ ਹੀ ਆ ਵੀ ਸਾਨੂੰ ਪਤਾ ਨਹੀਂ ਲੱਗਾ ਉੱਪਰ ਦੀ ਆਏ। ਅੱਛਾ ਜੀ। ਤੇ ਅਸੀਂ ਤਾਂ ਸੁੱਤੇ ਹਾਂ ਤੇ ਸੁੱਤਿਆਂ ਨੂੰ ਸਾਨੂੰ ਉਹਨਾਂ ਆਣ ਕੇ ਜਗਾਇਆ ਤੇ ਸਾਨੂੰ ਤਾਂ ਉਹਨਾਂ ਕਿਹਾ ਸੀ ਕਿ ਅਸੀਂ ਤੁਹਾਡੀ ਇਨਕੁਆਇਰੀ ਕਰਨਾ ਹੈ। ਅੱਛਾ। ਸਦਰ ਥਾਣਿਓ। ਅੱਛਾ। ਤੇ ਸਾਨੂੰ ਹੁਣ ਇਸ ਗੱਲ ਦਾ ਕੀ ਪਤਾ ਸੀ, ਅਸੀਂ ਕਿਹਾ ਵੀ ਚਲੋ ਤੁਸੀਂ ਉੱਥੋਂ ਆਏ ਜੇ ਤੇ ਅਸੀਂ ਵੀ ਤੁਸੀਂ ਇਨਕੁਆਇਰੀ ਕਰ ਲਓ। ਕਾਹਦੀ ਇਨਕੁਆਇਰੀ ਕਹਿੰਦੇ ਕਰਨਾ ਨੇ? ਕਹਿੰਦੇ ਕਿ ਤੁਸੀਂ ਨਸ਼ੇ ਪੱਤੇ ਮਤਲਬ ਵੇਚਦੇ ਜੇ। ਅੱਛਾ ਜੀ। ਤੇ ਅਸੀਂ ਆਖਿਆ ਵੀ ਸਾਡੀ ਅਸੀਂ ਜਦੋਂ ਇਹ ਕੰਮ 'ਚ ਨਹੀਂ, ਅਸੀਂ ਮੈਂ ਕਿਹਾ ਅਸੀਂ ਸਾਡਾ ਬੱਚਾ ਨਿਕਾਹ ਜਿਹਾ, ਅਸੀਂ ਪੰਜਾਂ ਪੰਜਾਂ ਇਕੱਠਾ ਕਰਨ ਦੇ ਕਬੀਲਦਾਰ ਹੈਗੇ ਹਾਂ ਤੇ ਅਸੀਂ ਇਹੋ ਜਿਹਾ ਕੰਮ ਕਰਕੇ ਤੇ ਸਾਨੂੰ ਮਾਲਕ ਨੇ ਰੋਟੀ ਦਿੱਤੀ, ਅਸੀਂ ਕੀ ਕਰਨਾ? ਕਿੰਨੇ ਬੰਦੇ ਸੀ ਜੀ? 7 ਜਣੇ ਸੀ। ਅੱਛਾ ਜੀ। ਤੇ ਉਹ ਮੁੜ ਕੇ ਫਿਰ ਇਹਨਾਂ ਨੂੰ ਉਹਨਾਂ ਮੈਨੂੰ ਭਰਾ ਇੱਕ ਪਾਸੇ ਲਾ ਦਿੱਤਾ ਤੇ ਇੱਕ ਪਾਸੇ ਇਹਨਾਂ ਨੂੰ ਲਾ ਦਿੱਤਾ। ਸਾਨੂੰ ਉੱਠਣ ਨਹੀਂ ਦਿੱਤਾ, 2 ਜਣੇ ਮੇਰੇ ਕੋਲ ਰਹਿ, 1 ਜਣਾ ਇਹਨਾਂ ਕੋਲ ਤੇ ਬਾਕੀ ਕੋਈ ਪਿਸਟਲ ਵਗੈਰਾ ਹਥਿਆਰ ਵਗੈਰਾ ਵੀ ਇਹਨਾਂ? ਅਸੀਂ ਉਹਨਾਂ ਸਾਨੂੰ ਬੱਤੀ ਨਹੀਂ ਜਗਾਉਣ ਦਿੱਤੀ ਤੇ ਲਾਈਟਾਂ ਜਿਹੜੀਆਂ ਸੀ ਉਹਨਾਂ ਕੋਲ ਹੈਗੀ ਸੀ, ਬੈਟਰੀ ਤਾਂ ਸਾਡੀਆਂ ਅੱਖਾਂ 'ਚ ਮਾਰਦੇ ਸੀ ਤੇ ਮੈਂ ਉਹਨੂੰ ਕਿਹਾ ਵੀ ਮੇਰੀਆਂ ਅੱਖਾਂ 'ਚ ਲੱਗੇ ਹੀ ਉਹਨਾਂ ਕੋ ਦੀਦਾ ਤੇ ਤੂੰ ਇਹਨੂੰ ਠਾਂ ਕਰ ਤੇ ਉੱਚੀ ਸਾਨੂੰ ਬੋਲਣ ਨਹੀਂ ਦਿੱਤਾ ਉਹਨਾਂ। ਹੁਣ ਕੈਮਰੇ ਵਿੱਚ ਕੋਈ ਸੀਸੀਟੀਵੀ ਵਗੈਰਾ ਆਈ? ਹਾਂਜੀ ਆਈ। ਇਹਨਾਂ ਵੇਖੀ ਆ ਆਈ।